ਸਾਰੇ ਮੀਡੀਆ ਦੇ ਸਾਥੀਆਂ ਦਾ ਅੱਜ ਇੱਥੇ ਲੀਡਰ ਆਫ ਆਪੋਜੀਸ਼ਨ ਦੀ ਕੋਠੀ ਬਿਜ਼ੀ ਸ਼ੈਡਿਊਲ ਦੇ ਵਿੱਚੋਂ ਸਮਾਂ ਕੱਢ ਕੇ ਆਏ ਹੋ ਔਰ ਨਾਲ ਹੀ ਮੈਂ ਧੰਨਵਾਦ ਕਰਦਾ ਸਾਡੇ ਸਾਰੇ ਸਾਥੀਆਂ ਦਾ। ਮੈਂ ਇੰਟਰੋਡਿਊਸ ਕਰਾਉਣਾ ਚਾਹੂੰਗਾ ਮੇਰੇ ਰਾਈਟ ਤੋਂ ਦਿਨੇਸ਼ ਚੱਡਾ ਜੀ, ਅਤੁਲ ਨਾਗਪਾ ਜੀ ਮੇਰੇ ਨਾਲ ਬਿਲਕੁਲ ਬੈਠੇ ਨੇ ਰਾਈਟ ਹੈਂਡ ਸਾਈਡ ਤੇ, ਮੀਤ ਹੇਰ ਜੀ ਮੇਰੇ ਛੋਟੇ ਵੀਰ ਔਰ MLA ਬਰਨਾਲਾ ਸਾਡੇ ਬਿਜਲੀ ਮੋਰਚਾ ਦੇ ਕੋਆਰਡੀਨੇਟਰ ਜਿਹੜੇ ਵਧੀਆ ਤਰੀਕੇ ਨਾਲ ਲੀਡ ਕਰ ਰਹੇ ਨੇ ਬਿਜਲੀ ਮੋਰਚਾ ਨੂੰ, ਮੇਰੇ ਵੱਡੇ ਵੀਰ ਕੁਤਾਰ ਸਿੰਘ ਸੰਧਵਾ ਜੀ MLA ਕੋਟਪੂਰਾ, ਜੈਕਿਸ਼ਨ ਰੋੜੀ ਜੀ MLA ਗੜਸ਼ੰਕਰ ਔਰ ਸਾਡੇ ਮੀਡੀਆ ਦੇ ਸਾਥੀ ਇੰਚਾਰਜ ਮਨਜੀਤ ਸਿੱਧੂ ਜੀ, ਮੇਰੇ ਵੀਰ ਨੀਲ ਗਰਗ ਜੀ ਸਾਡੇ ਪਾਰਟੀ ਦੇ ਸੀਨੀਅਰ ਸਪੋਕਸਪਰਸਨ। ਸੋ ਤੁਹਾਡਾ ਸਾਰਿਆਂ ਦਾ ਅੱਜ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਔਰ ਧੰਨਵਾਦ ਇਸ ਗੱਲ ਦਾ ਵੀ ਕਿ ਕੱਲ ਜਿਸ ਤਰੀਕੇ ਦੇ ਨਾਲ ਤੁਸੀਂ ਜੋ ਪੁਲਿਸ ਦਾ ਔਰ ਕੈਪਟਨ ਅਮਰਿੰਦਰ ਸਿੰਘ ਦਾ ਔਰੰਗਜ਼ੇਬੀ ਰੂਪ ਦੇਖਿਆ ਤੇ ਉਹਨੂੰ ਕਵਰੇਜ ਦਿੱਤੀ ਹੈ ਤੇ ਲੋਕਾਂ ਤੱਕ ਗੱਲ ਸਾਡੀ ਪਹੁੰਚਾਈ ਹੈ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੋ ਸਕਦਾ ਉਸ ਹੈਵਕ ਦੇ ਵਿੱਚ ਤੁਹਾਨੂੰ ਵੀ ਧੱਕੇ ਮੁੱਕੇ ਜਾਂ ਕਿਸੇ ਨੂੰ ਸੱਟ ਫੇਟ ਲੱਗੀ ਹੋਵੇ, ਸੋ ਤੁਹਾਡਾ ਸਾਥੀਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪਰ ਮੈਂ ਸਮਝਦਾ ਕਿ ਕੱਲ ਤਾਂ ਇਹ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਮੁਗਲਾਂ ਨਾਲੋਂ ਜਿਹਾ ਸੀ ਨਾ, ਇੱਕ ਅੰਨਾ ਬੋਲਾ ਰਾਜਾ ਸੀ ਕੈਪਟਨ ਅਮਰਿੰਦਰ ਸਿੰਘ ਦਾ, ਉਹ ਰੂਪ ਹੈ ਜਿਹੜਾ ਉਹ ਸਾਹਮਣੇ ਆਇਆ ਜਿਹਦੇ ਵਿੱਚ ਜਿਸ ਤਹਿਤ ਸਾਡੇ ਦਰਜਨਾਂ ਸਾਥੀਆਂ ਦੇ ਗੰਭੀਰ ਸੱਟਾਂ ਲੱਗੀਆਂ ਨੇ, ਜਿਹਦੇ ਚੋਂ ਮੈਂ ਕੁਛ ਕੁ ਦਾ ਨਾਮ ਹੈ ਜਿਹੜਾ ਉਹ ਲੈਣਾ ਚਾਹੂੰਗਾ। ਸਾਡੇ ਸਾਥੀ ਮਨਜੀਤ ਸਿੰਘ ਬਿਲਾਸਪੁਰ ਜੀ, ਉਹਨਾਂ ਦੇ ਸੱਟਾਂ ਲੱਗੀਆਂ ਨੇ, ਸਾਡੇ ਵੀਰ ਜੈਕਿਸ਼ਨ ਰੋੜੀ ਜੀ ਇਹਨਾਂ ਦੇ ਡੰਡੇ ਲਾਠੀਆਂ ਮਾਰੇ ਗਏ ਨੇ, ਜਸਵੀਰ ਕੁਦਰੀ ਜੀ ਉਹਨਾਂ ਦੇ ਵਾਟਰ ਕੈਨਨ ਮਾਰੀ ਗਈ ਅੱਖ ਦੇ ਵਿੱਚ ਤੇ ਅੱਜ ਵੀ ਉਹ PGI ਦੇ ਵਿੱਚ ਐਡਮਿਟ ਪਏ ਨੇ, ਸੰਤੋਖ ਸਿੰਘ ਸਲਾਣੀ ਸਾਡੇ ਬੱਸੀ ਪਠਾਣਾ ਤੋਂ ਕੈਂਡੀਡੇਟ, ਉਹਨਾਂ ਦੀ ਵੀ ਅੱਖ ਦੇ ਉੱਪਰ ਇੰਜਰੀ ਹੈ, ਦੇਵ ਨਾਭਾ ਜੀ ਮੋਤੀ ਲਾਲ ਜੀ ਅੰਮ੍ਰਿਤਸਰ ਪੱਛਮੀ ਤੋਂ, ਗੁਰਜੀਤ ਸਿੰਘ ਮੋੜ ਮੰਡੀ, ਹਰਜੀਤ ਸਿੰਘ ਬੰਟੀ, ਇੰਦਰਜੀਤ ਸਿੰਘ ਸੰਧੂ, ਸਤਬੀਰ ਸਿੰਘ ਸੀਰਾ ਅਮਰਗੜ੍ਹ ਤੋਂ, ਸੰਜੀਵ ਪੰਜਗਰਾਈਆਂ ਚੀਮਾ ਸਾਹਿਬ ਦੇ, ਹਰਪਾਲ ਚੀਮਾ ਜੀ ਦੇ ਬਹੁਤ ਸੱਟਾਂ ਲੱਗੀਆਂ ਨੇ ਔਰ ਤੁਹਾਡੇ ਸਾਹਮਣੇ, ਔਰ ਪਤਾ ਨੀ ਇਸ ਤਰ੍ਹਾਂ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਹੁਕਮ ਸੀਗੇ ਕਿ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਵਾਟਰ ਕੈਨਨ ਮਾਰਦੇ ਨੇ, ਸਾਡੇ ਵੀ ਸਿੱਧਾ ਅੱਖ ਦੇ ਵਿੱਚ ਲੱਗੇ ਤੇ ਜਦੋਂ ਪਲਟਾ ਕੇ ਮਾਰਿਆ ਤੇ ਮੈਂ ਸਮਝਦਾ ਕਿ ਅਜਿਹਾ ਮਾੜਾ ਹਾਲ ਅੱਜ ਤੱਕ ਨੀ ਦੇਖਿਆ ਜਿਹਦੇ ਕਿ ਅਸੀਂ ਘੋਰ ਨਿੰਦਾ ਕਰਦੇ ਹਾਂ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਮਾਨ ਸਾਹਿਬ ਨਾਲ ਅਸੀਂ ਗੱਲ ਕਰਕੇ ਗਵਰਨਰ ਨੂੰ ਰਿਪ੍ਰੈਜੈਂਟੇਸ਼ਨ ਵੀ ਦੇਵਾਂਗੇ, ਤੁਸੀਂ ਆਪਦੀ ਜ਼ਾਲਮ ਪੁਲਿਸ ਨੂੰ, UT ਦੀ ਪੁਲਿਸ ਨੂੰ, ਅਸੀਂ ਲੋਕਾਂ ਦੀ ਆਵਾਜ਼ ਚੱਕਣ ਇੱਥੇ ਆਉਂਦੇ ਹਾਂ, UT ਦੀ ਪੁਲਿਸ ਨੂੰ ਗਵਰਨਰ ਸਾਹਿਬ ਡਾਇਰੈਕਸ਼ਨ ਦੇਣ, ਅਸੀਂ ਉਹਨਾਂ ਨੂੰ ਮੈਮੋਰੈਂਡਮ ਦੇਵਾਂਗੇ ਕਿ ਥੋੜਾ ਬਹੁਤ ਹਿਊਮਨ ਬਿਹੇਵੀਅਰ ਰੱਖਣ, ਲੋਕਾਂ ਨੂੰ ਅੰਨੇ ਤਾਂ ਨਹੀਂ ਕਰਨਾ ਹੈਗਾ, ਬੋਲੀਆਂ ਤਾਂ ਸਰਕਾਰਾਂ ਹੋਈਆਂ ਪਈਆਂ ਨੇ ਪਰ ਲੋਕਾਂ ਨੂੰ ਅੰਨੇ ਕਿਉਂ ਕਰਨ ਲੱਗੇ ਹੋਏ ਨੇ। ਸੋ ਇਸ ਕਰਕੇ, ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜੋ ਮੈਂ ਮੇਰੇ ਪਾਰਟੀ ਨੂੰ ਵੀ ਅਸੀਂ ਵਾਰ ਵਾਰ ਅਸੀਂ ਗੱਲ ਕਰਦੇ ਰਹੇ ਸੀ, ਇਸ ਗੱਲ ਦੀ ਖੁਸ਼ੀ ਹੈ ਕਿ ਪ੍ਰਿੰਸੀਪਲ ਆਪੋਜੀਸ਼ਨ ਪਾਰਟੀ ਦਾ ਜੋ ਦਮਦਾਰ ਜੋ ਮਰਦਾਂ ਵਾਲਾ ਰੋਲ ਸਾਡੀ ਪਾਰਟੀ ਦੇ ਲੀਡਰਾਂ ਨੇ ਮਾਨ ਸਾਹਿਬ ਦੀ ਔਰ ਮੇਰੇ ਵੀਰ ਮੀਤ ਉਹਨਾਂ ਦੀ, ਚੀਮਾ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਔਰ ਸਾਡੇ ਸਾਰੇ ਵਰਕਰਾਂ ਨੇ ਜੋ ਦਮਦਾਰ ਭੂਮਿਕਾ ਨਿਭਾਈ ਹੈ, ਉਸ ਚੀਜ਼ ਦੀ ਮੈਨੂੰ ਖੁਸ਼ੀ ਔਰ ਮੈਂ ਇਹ ਕਹਿਣਾ ਚਾਹੂੰਗਾ ਕਿ ਸਾਡਾ ਪਹਿਲਾ ਸਟੈਪ ਹੈ ਆਉਣ ਵਾਲੇ ਸਮੇਂ ਦੇ ਵਿੱਚ ਲੀਡਰਸ਼ਿਪ ਦੀ ਰਹਿਨਮਾਈ ਦੇ ਤੇ ਇਹ ਲੜਾਈ ਹੈ ਜਿਹੜੀ ਹੋਰ ਅੱਗੇ ਔਰ ਵੱਡੀ ਔਰ ਤੱਤੀ ਹੁੰਦੀ ਜਾਊਗੀ। ਸੋ ਸਾਥੀਓ, ਜਿਸ ਇਸ਼ੂ ਦੇ ਉੱਪਰ ਕੱਲ ਮੁੱਖ ਮੰਤਰੀ ਸਾਹਿਬ ਕੋਲ ਚੱਲੇ ਸੀਗੇ, ਉਹ ਅੱਜ ਉਹਦੇ ਕਾਰਨ ਕੀ ਨੇ, ਫੈਕਟਸ ਕੀ ਨੇ, ਉਹ ਤੁਹਾਡੇ ਸਾਹਮਣੇ ਮੈਂ ਰੱਖਣਾ ਚਾਹੂੰਗਾ ਕਿਉਂਕਿ ਤੁਹਾਡੇ ਜ਼ਰੀਏ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਕਿਉਂ ਉਹਨਾਂ ਦੀ ਲੜਾਈ ਲੜ ਰਹੇ ਹਾਂ। ਪੂਰੇ ਸੀਕੁਐਂਸ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ, ਦਰਅਸਲ 2003-04 ਦੇ ਵਿੱਚ ਸੈਂਟਰਲ ਇਲੈਕਟ੍ਰਿਸਿਟੀ ਅਥਾਰਟੀ ਦੇ ਦੀਆਂ ਹਦਾਇਤਾਂ ਦੇ ਮੁਤਾਬਕ ਸਟੇਟ ਗਵਰਨਮੈਂਟ ਨੇ ਲਿਖਿਆ ਸੈਂਟਰਲ CEA ਨੂੰ ਕਿ ਜਿਹੜੇ ਬਠਿੰਡਾ ਦਾ ਸਰਕਾਰੀ ਥਰਮਲ ਪਲਾਂਟ ਹੈ ਉਹਦੀ ਅਪਗ੍ਰੇਡੇਸ਼ਨ ਦੀ ਲੋੜ ਹੈ, ਕਿਉਂਕਿ ਇਲੈਕਟ੍ਰਿਸਿਟੀ ਰੂਲਸ ਦੇ ਵਿੱਚ ਇਹ ਹੈ ਕਿ ਜਿਹੜਾ ਥਰਮਲ ਪਾਵਰ ਪਲਾਂਟ 20 ਸਾਲ ਪੁਰਾਣਾ ਹੋ ਜੇ ਜਾਂ 1,00,000 ਵਰਕਿੰਗ ਆਸ ਉਹਦੇ ਕੰਪਲੀਟ ਹੋ ਜਾਣ, ਉਹਨੂੰ ਰੀਜੂਵੀਨੇਸ਼ਨ ਦੀ, ਉਹਨੂੰ ਅਪਗ੍ਰੇਡੇਸ਼ਨ ਦੀ ਲੋੜ ਹੁੰਦੀ ਹੈ, ਉਸ ਤਹਿਤ ਉਹ ਪਲਾਂਟ ਆਉਂਦਾ ਸੀਗਾ ਤੇ ਸਟੇਟ ਗਵਰਨਮੈਂਟ ਨੇ 737 ਕਰੋੜ ਰੁਪਇਆ ਲੋਕਾਂ ਤੋਂ ਵਸੂਲ ਕੇ ਉਹਦੀ ਅਪਗ੍ਰੇਡੇਸ਼ਨ ਕਰ ਦਿੱਤੀ ਔਰ ਅਪਗ੍ਰੇਡੇਸ਼ਨ ਜਿਹੜੀ ਕੰਪਨੀ ਨੇ ਫੇਲ ਨਹੀਂ ਕੀਤੀ, ਉਹਨੇ ਸਰਟੀਫਿਕੇਟ ਦਿੱਤਾ ਕਿ ਵਰਲਡ ਕਲਾਸ ਅਪਗ੍ਰੇਡੇਸ਼ਨ ਹੈ ਜਿਹੜੀ ਉਹ ਹੋਈ ਹੈ, ਜਿਹਦੇ ਨਾਲ ਉਸ ਥਰਮਲ ਪਾਵਰ ਪਲਾਂਟ ਦੀ ਜਿਹੜੀ ਲਾਈਫ ਹੈ 4 ਯੂਨਿਟਸ ਦੀ 2023 ਤੱਕ ਵੱਧ ਗਈ ਔਰ ਬਾਕੀ ਦੇ 2 ਯੂਨਿਟਸ ਜਿਹੜੇ ਉਹਨਾਂ ਦੀ 30-31 ਤੱਕ 2030-31 ਤੱਕ ਉਹਨਾਂ ਦੀ ਲਾਈਫ ਹੈ ਜਿਹੜੀ ਉਹ ਬੜੇ ਵਧੀਆ ਤਰੀਕੇ ਨਾਲ ਵਰਲਡ ਕਲਾਸ ਤਰੀਕੇ ਦੇ ਨਾਲ ਚੱਲ ਕੇ ਉਹ ਸਾਰੇ ਨੌਮ ਪੂਰੇ ਕਰਕੇ ਉਹ ਬਿਜਲੀ ਪੈਦਾ ਕਰ ਸਕਦੇ ਨੇ। ਦੇ ਵਿੱਚੋਂ ਕੋਈ ਅਪੀਅਰ ਨਹੀਂ ਹੁੰਦਾ ਹੈਗਾ, ਕੋਈ ਪੰਜਾਬ ਦੀ ਲੜਾਈ ਲੜੂਗਾ ਕੌਣ, 225 ਬੰਦਾ AG ਆਫਿਸ ਦੇ ਵਿੱਚ ਪਰ ਕੋਈ ਲੜਾਈ ਲੜਦਾ ਨਹੀਂ ਹੈਗਾ। ਸੋ ਇਸ ਕਰਕੇ ਜਿਹੜਾ ਅੱਜ ਇਹ ਰੱਖਣ ਦਾ ਤੁਹਾਡੇ ਸਾਹਮਣੇ ਤੱਥ ਔਰ ਬੜਾ ਸੌਖਾ ਹੈ,
ਪੰਜਾਂ ਮਿੰਟਾਂ ਦੇ ਵਿੱਚ ਜੇ ਸਰਕਾਰ ਚਾਹੇ ਨੀਅਤ ਹੋਵੇ ਇਹਨਾਂ ਦੀ ਇਹ ਐਗਰੀਮੈਂਟ ਨੇ ਰਿਜੈਕਟ ਵੀ ਹੋ ਸਕਦੇ ਨੇ, ਰੱਦ ਹੋ ਸਕਦੇ ਨੇ, ਰਿਵਿਊ ਹੋ ਸਕਦੇ ਨੇ। ਜੇ 2004 ਦੇ ਜੋ ਪਹਿਲਾਂ ਦੱਸ ਕੇ ਹਟਿਆ ਕੈਪਟਨ ਅਮਰਿੰਦਰ ਸਿੰਘ, ਤਿੰਨ ਸਟੇਟਾਂ ਦਾ ਇੱਕ ਸੈਂਟਰ ਸਰਕਾਰ ਦਾ ਸਮਝੌਤਾ ਰੱਦ ਕਰ ਸਕਦੇ ਨੇ ਤੇ ਵਿਧਾਨ ਸਭਾ ਕਿਉਂ ਨੀ ਰੱਦ ਕਰ ਸਕਦੀ ਹੈਗੀ। ਔਰ ਇਹਨਾਂ ਦੀ ਗੱਲ ਮੈਂ ਤੁਹਾਨੂੰ ਦੱਸ ਦਿੰਦਾ, ਇਹ ਜਿਹੜੇ ਅੱਜ ਡਰਾਮੇ ਕਰਦੇ ਨੇ, 2017 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਹੈ ਉਦੋਂ ਸੇਵਾ ਕੇਂਦਰ ਪੰਜਾਬ ਦੇ 2150 ਸੇਵਾ ਕੇਂਦਰ ਉਹ BLS ਕੰਪਨੀ ਕੋਲੇ ਸੀਗੇ। ਉਸ BLS ਕੰਪਨੀ ਨੂੰ ਪੰਜਾਬ ਸਰਕਾਰ 220 ਕਰੋੜ ਹਰ ਸਾਲ ਸਾਲਾਨਾ ਦਿਆ ਕਰਦੀ ਸੀਗੀ। 220 ਕਰੋੜ ਪੰਜਾਬ ਸਰਕਾਰ ਉਹਨਾਂ ਨੂੰ ਦਿਆ ਕਰਦੀ ਸੀਗੀ ਤੇ ਜਦੋਂ ਇਹ ਸਰਕਾਰ ਆਈ ਇਹਨਾਂ ਨੂੰ ਲੱਗਿਆ ਕਿ ਇਹ ਗਲਤ ਹੋ ਰਿਹਾ ਹੈ। ਇਹਨਾਂ ਨੇ 6 ਮਹੀਨੇ ਦਾ ਨੋਟਿਸ ਦਿੱਤਾ BLS ਕੰਪਨੀ ਨੂੰ ਤੇ ਉਹ ਰਿਜੈਕਟ ਕਰ ਦਿੱਤਾ ਐਗਰੀਮੈਂਟ, ਉਹਨਾਂ ਦਾ ਐਗਰੀਮੈਂਟ ਤੋੜ ਦਿੱਤਾ। ਦੁਬਾਰਾ ਜਦੋਂ ਐਗਰੀਮੈਂਟ ਕੀਤਾ ਤੇ ਅੱਜ ਉਹੀ BLS ਕੰਪਨੀ, ਪਹਿਲਾਂ ਇੱਕ ਕੋਲ ਸੀ ਹੁਣ ਦੋ ਕੰਪਨੀਆਂ ਕੋਲੇ ਹੈ, 3 ਜ਼ੋਨ ਬਣੇ, 2 ਜ਼ੋਨ BLS ਕੰਪਨੀ ਕੋਲ ਨੇ ਉਸੇ ਕੋਲੇ ਤੇ ਇੱਕ ਡਾਕਟਰ IT ਕੋਲੇ ਹੈ ਤੇ ਇਹ ਦੋਨੋਂ ਕੰਪਨੀਆਂ ਅੱਜ ਪੰਜਾਬ ਸਰਕਾਰ ਤੋਂ ਕੁਝ ਲੈਣ ਦੀ ਬਜਾਏ 60% ਤੇ ਇੱਕ ਦੂਜੀ ਕੰਪਨੀ ਜਿਹੜੀ ਉਹ 81% ਉਹ ਪੰਜਾਬ ਸਰਕਾਰ ਨੂੰ ਮੁੜ ਕੇ ਆਪਦੇ ਫੈਸਿਲੀਟੇਸ਼ਨ ਚਾਰਜਿਸ ਦੇ ਵਿੱਚੋਂ ਜਮ੍ਹਾਂ ਕਰਾ ਰਹੀ ਹੈ ਕਿ ਅਸੀਂ ਕਮਾਈ ਕਰ ਰਹੇ ਹਾਂ ਫੈਸਿਲੀਟੇਸ਼ਨ ਚਾਰਜਿਸ ਦੇ ਵਿੱਚੋਂ ਤੇ ਤੁਸੀਂ ਹਿੱਸਾ ਲਓ। ਤੇ ਪਹਿਲਾਂ ਉਹ ਲੈਂਦੇ ਸੀਗੇ ਪੰਜਾਬ ਸਰਕਾਰ ਤੋਂ। ਜੇ BLS ਦਾ ਸਮਝੌਤਾ ਰੱਦ ਹੋ ਸਕਦਾ ਹੈ ਤੇ ਇਹਨਾਂ ਤਿੰਨ ਕੰਪਨੀਆਂ ਨਾਲ ਕਿਉਂ ਨਹੀਂ ਹੋ ਸਕਦਾ ਹੈਗਾ? ਸਿਰਫ ਇਸ ਕਰਕੇ ਨਹੀਂ ਹੋ ਸਕਦਾ ਹੈਗਾ ਕਿਉਂਕਿ ਇਧਰੋਂ ਮੋਟੇ ਕਮਿਸ਼ਨ ਆਉਂਦੇ ਨੇ ਜਿਹੜੇ ਪਹਿਲਾਂ ਅਕਾਲੀ ਦਲ ਵਾਲਿਆਂ ਕੋਲ ਜਾਂਦੇ ਸੀਗੇ। ਸੋ ਇਹ ਹੋਣ ਨੂੰ ਸਾਰਾ ਕੁਝ ਹੋ ਸਕਦਾ ਹੈ। ਔਰ ਇਹਨਾਂ ਤਿੰਨਾਂ ਪਲਾਂਟਾਂ ਦੇ ਉੱਪਰ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ 25,000 ਕਰੋੜ ਦੀ ਇਨਵੈਸਟਮੈਂਟ ਟੋਟਲ ਹੋਈ ਸੀਗੀ, 5 ਸਾਲਾਂ ਦੇ ਵਿੱਚ 13,000 ਕਰੋੜ ਜਿਹੜਾ ਉਹ ਰਿਕਵਰ ਕਰ ਚੁੱਕੇ ਔਰ ਆਉਣ ਵਾਲੇ 2-3 ਸਾਲਾਂ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਹੋਰ ਰਿਕਵਰ ਹੋ ਜਾਣ ਤੇ ਉਸ ਤੋਂ ਬਾਅਦ ਜਿਹੜਾ ਲੁੱਟ ਦਾ ਦਸਤੂਰ ਹੈ ਉਹ ਚੱਲਦਾ ਰਹਿਣਾ। ਔਰ ਇਸ ਤੋਂ ਇਲਾਵਾ ਦੇਖੋ ਇਹ ਹੈ ਕਿ ਸਰਕਾਰ ਸਿਰਫ ਬੇਈਮਾਨੀ, ਨਿਕੰਮੀ ਔਰ ਨਲਾਇਕ ਵੀ ਹੈ। ਮੈਂ ਅੱਜ ਗਰੰਟੀ ਦੇ ਨਾਲ ਵਾਅਦਾ ਕਰਦਾ, ਚੈਲੰਜ ਕਰਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਕਿ ਸਾਡੇ ਨਾਲ ਕਿਤੇ ਕਿਸੇ ਚੈਨਲ ਦੇ ਉੱਪਰ, ਪਬਲਿਕ ਪਲੇਟਫਾਰਮ ਦੇ ਉੱਪਰ 1/2 ਘੰਟੇ ਦੀ ਡਿਬੇਟ ਕਰ ਲੈਣ। ਅਸੀਂ ਇੰਨ ਬਿੰਨ ਸਮਝਾ ਦਾਂਗੇ ਕਿ ਕਿਵੇਂ ਪੰਜਾਬ ਦਾ ਹਰ ਸਾਲ ਘੱਟੋ ਘੱਟ 5-7 ਹਜ਼ਾਰ ਕਰੋੜ ਹੈ ਜਿਹੜਾ ਉਹ ਬਚ ਸਕਦਾ, ਕਮਾਇਆ ਜਾ ਸਕਦਾ, ਬਚਾਇਆ ਜਾ ਸਕਦਾ। ਇਹ ਤਾਂ ਗੱਲ ਰਹੀ ਜਿਹੜੇ ਇਹਨਾਂ ਨੂੰ ਦੇ ਰਹੇ ਨੇ, ਇੱਕ ਪੈਸਾ ਬਚਾਇਆ ਕਿਵੇਂ ਜਾ ਸਕਦਾ? TND ਲੋਸਿਸ ਹੁੰਦੇ ਨੇ, ਟਰਾਂਸਮਿਸ਼ਨ ਐਂਡ ਡਿਸਟ੍ਰੀਬਿਊਸ਼ਨ ਲੋਸਿਸ, ਜਿਹਨੂੰ ਆਪਾਂ ਲਾਈਨ ਲੋਸਿਸ ਕਹਿੰਦੇ ਹਾਂ। 2 ਸਕੀਮਾਂ ਸੈਂਟਰ ਸਰਕਾਰ ਤੋਂ ਆਈਆਂ, DDU ਦੀਨ ਦਿਆਲ ਉਪਾਧਿਆ ਔਰ IPDS ਇੰਟੀਗ੍ਰੇਟਿਡ ਪਾਵਰ ਡਿਵੈਲਪਮੈਂਟ ਸਕੀਮ। ਉਹਦੇ ਵਿੱਚ 800 ਕਰੋੜ ਰੁਪਇਆ 2015 ਦੇ ਵਿੱਚ ਸੈਂਟਰ ਗਵਰਨਮੈਂਟ ਤੋਂ ਆਇਆ, 75% ਉਹਦੇ ਵਿੱਚ ਗ੍ਰਾਂਟ ਸੀ, ਯਾਨੀ 600 ਕਰੋੜ ਰੁਪਇਆ ਸੈਂਟਰ ਸਰਕਾਰ ਨੇ ਪੰਜਾਬ ਨੂੰ ਗ੍ਰਾਂਟ ਦਾ ਦਿੱਤਾ, 2 ਸਾਲਾਂ 'ਚ ਪੂਰਾ ਕਰਨਾ ਸੀਗਾ। ਉਹਦੇ ਵਿੱਚ ਪਿੰਡਾਂ ਦੇ ਔਰ 102 ਸ਼ਹਿਰਾਂ ਦੇ ਜਿਹੜੇ ਟਰਾਂਸਫਾਰਮਰ ਨੇ ਜਿਹੜੇ ਕੱਟ ਲੱਗ ਜਾਂਦੇ ਨੇ, ਲਾਈਨਾਂ ਡਿੱਗਦੀਆਂ ਨੇ, ਲੋਕਾਂ ਦੀਆਂ ਫਸਲਾਂ ਦਾ ਤੇ ਘਰਾਂ ਦਾ ਨੁਕਸਾਨ ਹੁੰਦਾ ਹੈ, ਜਿਹੜੇ ਟਰਾਂਸਫਾਰਮਰ